ਤਕ ਕੌਨ ਕਹਿੰਦਾ ਹੈ ਕਿ ਬ੍ਰੈਡ ਦੇ ਸਿਰਫ ਬ੍ਰੈਡ ਰੋਲਸ ਤੇ ਸੈਂਡਵਿਚ ਬੰਦਨੀ ਤੇ ਅੱਜ ਮੈਂ ਤੁਹਾਨੂੰ ਸਿਖਾਵਾਂਗੀ ਬਹੁਤ ਹੀ ਜ਼ਿਆਦਾ ਈਜ਼ੀ ਗੁਲਾਬ ਜਾਮੁਨ ਬਣਾਉਣਾ ਉਹ ਵੀ ਮੈਂ ਵਾਈਟ ਬ੍ਰੈਡ ਦੇਣੀ ਬਰਾਊਨ ਬ੍ਰੈਡ ਦੇ ਤੁਹਾਨੂੰ ਗੁਲਾਬ ਜਾਮੁਨ ਬਣਾਉਣਾ ਸਿਖਾਵਾਂਗੀ ਤਾਂ ਸਭ ਤੋਂ ਪਹਿਲਾਂ ਮੈਂ ਇੱਥੇ ਬ੍ਰੈਡ ਲੈ ਲੀਤਾ ਹੈ ਤੇ ਬ੍ਰੈਡਆਂ ਸੀ ਸਲਾਈਸ ਜਿਹੜੀਆਂ ਸਾਈਡਸ ਹੁੰਦੀਆਂ ਆ ਉਹ ਅਸੀਂ ਕੱਟ ਲੈਣੀਆਂ ਤੇ ਇਹਦੀਆਂ ਜਿਹੜੀਆਂ ਸਾਈਡਸ ਐ ਇਹ ਅਸੀਂ ਸਟੋਰ ਕਰਕੇ ਰੱਖ ਲੈਣੀਆਂ ਹੂਨੇ ਸੀ ਬ੍ਰੈਡ ਨੂਇਕ ਬਾਉਲ ਦੇ ਵਿੱਚ ਪਾਵਾਂਗੇ ਤਾਂ ਇਹਨੂੰ ਅਸੀਂ ਦੁੱਧ ਦੇ ਨਾਲ ਜਿੱਦਾਂ ਅਸੀਂ ਆਟਾ ਗੁੰਨਦਿਆਂ ਉਸ ਤਰ੍ਹਾਂ ਨਹੀਂ ਗੁੰਨਣਾ ਅਸੀਂ ਸਿਰਫ ਇਹਨੂੰ ਮੈਸ਼ ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਮੈਂ ਇਸ ਤਰ੍ਹਾਂ ਇਹਨੂੰ ਮੈਸ਼ ਕਰ ਲਿੱਤਾ ਹੈ ਬਹੁਤ ਹੀ ਜ਼ਿਆਦਾ ਅਸੀਂ ਇਹਨੂੰ ਪੀਸਣਾ ਨਹੀਂ ਹੈ ਤਾਂ ਕਿ ਜਿਸ ਸਪੌਂਜੀ ਜਿਹੜੀ ਹੈ ਉਹ ਖਤਮ ਨਾ ਹੋ ਜਾਈਏ ਤਾਂ ਇਸ ਤਰ੍ਹਾਂ ਅਸੀਂ ਇਹਦੀਆਂ ਬਾਉਲ ਗੋਲੀਆਂ ਬਣਾ ਕੇ ਤਿਆਰ ਕਰ ਲੈਣੀ ਹੈ ਤਾਂ ਹੁਣ ਮੈਂ ਲੈ ਲੇ ਤੇਲ ਤੇਲ ਮੈਂ ਸਰ੍ਹੋਂ ਦਾ ਯੂਜ਼ ਕਰ ਰਹੀ ਆ ਇਹਨੂੰ ਅਸੀਂ ਹੁਣ ਡੀਪ ਫਰਾਈ ਕਰਾਂਗੇ ਤੇ ਨਾਲ ਹੀ ਨ ਮੈਂ ਗੁਲਾਬ ਜਾਮੁਨ ਦੀ ਚਾਸ਼ਨੀ ਰੈਡੀ ਕਰਾਂਗੀ ਉਹਦੇ ਵਾਸਤੇ ਮੈਂ ਯੂਜ਼ ਕਰ ਰਹੀ ਆ ਗਰੋਜ਼ ਵਾਟਰ ਤੇ ਹੁਣ ਮੈਂ ਇਹਦੇ ਵਿੱਚ ਐਡ ਕੀਤਾ ਥੋੜਾ ਜਿਹਾ ਕੇਸਰ ਤੇ ਫਲੇਵਰ ਵਾਸਤੇ ਮੈਂ ਯੂਜ਼ ਕਰ ਰਹੀ ਆ ਇਲਾਇਚੀ ਐਡ ਕਰਾਂਗੀ ਚੀਨੀ ਬੋਇਲ ਹੋਣ ਤੱਕ ਕੁਕ ਕਰਨਾ ਹੈ ਤਾਂ ਨਾਲ ਹੀ ਅਸੀਂ ਸਾਡਾ ਤੇਲ ਗਰਮ ਹੋ ਗਿਆ ਹੁਣ ਮੈਂ ਇਹਦੇ ਵਿੱਚ ਆਪਣੀਆਂ ਜਿਹੜੀਆਂ ਬੋਲ ਬਣਾ ਕੇ ਤਿਆਰ ਕੀਤੀਆਂ ਨੇ ਮੈਂ ਇਹਦੇ ਵਿੱਚ ਡੀਪ ਫਰਾਈ ਕਰ ਦਾਂਗੀ ਤੇ ਚਾਸ਼ਨੀ ਵੀ ਸਾਡੀ ਰੈਡੀ ਹੋ ਚੁੱਕੀ ਹੈ ਹੁਣ ਅਸੀਂ ਚਾਸ਼ਨੀ ਨੂੰ ਠੰਡਾ ਕਰ ਲਾਂਗੇ ਤੇ ਨਾਲ ਹੀ ਸਾਡੀਆਂ ਬੋਲਸ ਵੀ ਰੈਡੀ ਹੋ ਚੁੱਕੀਆਂ ਤੇ ਚਾਸ਼ਨੀ ਵੀ ਠੰਡੀ ਹੋ ਚੁੱਕੀ ਹੈ ਤਾਂ ਹੁਣ ਅਸੀਂ ਸਾਰੀ ਬੋਲਸ ਆਪਣੀ ਚਾਸ਼ਨੀ ਦੇ ਵਿੱਚ ਡਿਪ ਕਰ ਦਾਂਗੇ ਇਹਨੂੰ ਅਸੀਂ ਚੰਗੀ ਤਰ੍ਹਾਂ ਡਿਪ ਕਰਾਂਗੇ ਤਾਂ ਕਿ ਆਪ ਜਾਮਨ ਸਾਰੀ ਚਾਸ਼ਨੀ ਅਬਜ਼ਰਬ ਕਰ ਲਵੇ ਤਾਂ ਹੁਣ ਅਸੀਂ ਇਹਨੂੰ 2 ਤੋਂ 5 ਮਿੰਟ ਇਧੇ ਰੱਖਾਂਗੇ ਤਾਂ ਕਿ ਸਾਡੇ ਗੁਲਾਬ ਜਾਮਨ ਚੰਗੀ ਤਰ੍ਹਾਂ ਫੁੱਲ ਜਾਣ ਦੇਖੋ ਬਹੁਤ ਹੀ ਜ਼ਿਆਦਾ ਸੌਫਟ ਹੋ ਚੁੱਕਿਆ ਅਗਰ ਤੁਸੀਂ ਚਾਹੋ ਤਾਂ ਤੁਸੀਂ ਗਰਮ-ਗਰਮ ਵੀ ਇਹਨੂੰ ਸਰਵ ਕਰ ਸਕਦੇ ਹੋ ਜਾਂ ਦੋਸੇ ਇਹਨੂੰ ਠੰਡਾ ਕਰਕੇ ਵੀ ਸਰਵ ਕਰ ਸਕਦੇ ਹੋ ਤਾਂ ਬਹੁਤ ਹੀ ਸਿੰਪਲ ਰੈਸਪੀ ਦੇ ਨਾਲ ਮੈਂ ਕਰੇ ਹੀ ਬਿਨਾ ਮੈਦਾ ਬਿਨਾ ਕਿਸੇ ਸੂਜੀ ਤੋਂ ਗੁਲਾਬ ਜਾਮੁਨ ਤਿਆਰ ਕੀਤੇ ਹੈ ਤੁਸੀਂ ਇੱਕ ਵਾਰੀ ਮੇਰੀ ਰੈਸਪੀ ਜ਼ਰੂਰ ਯੂਜ਼ ਕਰਿਓ ਤਾਂ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਆਏਗਾ ਤੇ ਹੋਪ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਵਧੀਆ ਲੱਗੀ ਹੋਵੇਗੀ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਸੀ ਯੂ ਸੂਨ